ਜ਼ੇਬ੍ਰਾਨ ਦੀ ਪੁਸਤਕ ਮਹਿਬੂਬ ਦੀ ਵਾਪਸੀ ਦਾ ਅੰਗ ਹੈ ਖੰਡਰਾਤ ਵਿੱਚ ਚੰਦਰਮਾ ਨੇ ਸੂਰਜ ਨਗਰ ਦੇ ਬਾਗਾਂ ਉੱਤੇ ਚਾਂਦੀ ਰੰਗਾ ਮਹੀਨ ਪਰਦਾ ਫੈਲਾ ਦਿੱਤਾ ਸਾਰੇ ਪਾਸੇ ਚੁੱਪ ਦਾ ਰਾਜ ਸੀ ਠੱਠੇ ਹੋਏ ਮਹਿਲ ਖੁੰਖਾਰ ਧਾਨਵਾਜੇ ਜਾਪ ਰਹੇ ਸਨ ਉਸੇ ਵਕਤ ਦੋ ਪਰਛਾਵੇਂ ਜਿਵੇਂ ਝੀਲ ਦੇ ਨੀਲੇ ਪਾਣੀਆਂ ਚੋਂ ਭਾਫ਼ ਉੱਭਰਦੀ ਹੈ ਉਭਰੇ ਉਹ ਪੱਥ ਦੇ ਤਮ ਉੱਪਰ ਬੈਠ ਦ੍ਰਿਸ਼ નિਹਾਰਦੇ ਰਹੇ ਜਿਵੇਂ ਜਾਦੂਨਗਰ ਦੇ ਵਾਸੀ ਹੋਣ। ਉਹਨਾਂ 'ਚੋਂ ਇੱਕ ਨੇ ਧੌਣ ਸਿੱਧੀ ਕੀਤੀ ਤੇ ਉੱਚੀ ਆਵਾਜ਼ 'ਚ ਕਿਹਾ, "ਮੇਰੀ ਮਹਿਬੂਬ, ਇਹ ਉਹਨਾਂ ਮੰਦਰਾਂ ਦੇ ਬਚੇ ਖੁਦੇ ਚਿੰਨ ਹਨ ਜੋ ਮੈਂ ਤੇਰੇ ਲਈ ਬਣਾਏ ਸਨ ਤੇ ਉਸ ਮਹਿਲ ਦਾ ਮਲਬਾ ਜੋ ਮੈਂ ਤੇਰੇ ਮਨੋਰੰਜਨ ਲਈ ਬਣਾਇਆ। ਕੁਝ ਵੀ ਬਾਕੀ ਨਹੀਂ ਬਚਿਆ ਜੋ ਉਸ ਸ਼ਾਨ-ਸ਼ੌਕਤ ਬਾਰੇ ਦੱਸ ਸਕੇ ਜਿਸ ਖਾਤਰ ਮੈਂ ਆਪਣੀ ਸਾਰੀ ਤਾਕਤ ਲਗਾ ਦਿੱਤੀ ਤੇ ਗਰੀਬਾਂ ਦਾ ਸ਼ੋਸ਼ਣ ਕੀਤਾ।" ਮੇਰੀ ਮਹਿਬੂਬ ਉਹਨਾ ਤਾਕਤਾਂ ਬਾਰੇ ਜਿਨ੍ਹਾਂ ਮੇਰੇ ਨਗਰ ਉੱਤੇ ਜਿੱਤ ਪ੍ਰਾਪਤ ਕੀਤੀ ਤੇ ਵਕਤ ਬਾਰੇ ਜਿਨੇ ਮੇਰੀ ਯਤਨਾਂ ਨੂੰ ਮਿੱਟੀ 'ਚ ਰੋਲ ਦਿੱਤਾ ਉਹਨਾਂ ਬਾਰੇ ਧਿਆਨ ਨਾਲ ਸੋਚ ਵਿਚਾਰ ਕਰ ਮੇਰੀ ਕਾਇਮ ਕੀਤੀ ਹੋਈ ਸਲਤਨਤ ਨੂੰ ਵਕਤ ਨੇ ਤਬਾਹ ਕਰ ਦਿੱਤਾ ਕੁਝ ਵੀ ਬਾਕੀ ਨਹੀਂ ਬਚਿਆ ਸਿਵਾਏ ਉਹਨਾਂ ਪ੍ਰੇਮ ਪਲਾਂ ਦੇ ਜੋ ਤੇਰੇ ਸਹੱਪਣ ਨੇ ਦਿੱਤੇ ਤੇ ਸਹੱਪਣ ਦੇ ਉਸ ਅਸਰ ਦੇ ਜਿਨੂੰ ਤੇਰੇ ਪਿਆਰ ਨੇ ਖੁਸ਼ੀ ਬਖਸ਼ੀ ਮੈਂ ਯਰੂਸ਼ਲਮ ਚ ਮੰਦਰ ਬਣਵਾਇਆ ਤੇ ਪੁਜਾਰੀ ਨੇ ਉਹਨੂੰ ਪਵਿੱਤਰ ਕੀਤਾ ਪਰ ਵਕਤ ਨੇ ਉਹਨੂੰ ਤਬਾਹ ਕਰ ਦਿੱਤਾ ਪਰ ਆਪਣੇ ਦਿਲ ਵਿੱਚ ਪਿਆਰ ਦਾ ਮੈਂ ਜੋ ਮੰਦਰ ਬਣਾਇਆ ਉਹਨੂੰ ਪਰਮਾਤਮਾ ਨੇ ਪਵਿੱਤਰ ਕੀਤਾ ਤੇ ਤਬਾਹ ਕੁੰ ਤਾਕਤਾ ਤੋਂ ਸੁਰੱਖਿਅਤ ਰੱਖਿਆ ਲੋਕ ਮੇਰੀ ਗੱਲਾਂ ਕਰਦੇ ਕਿੰਨਾ ਚੰਗਾ ਰਾਜ ਹੈ ਦੇਵਤੇ ਆਖਦੇ ਕਿੰਨੀ ਨਿਗੂਣੀ ਹੈ ਇਹਦੀ ਸਿਆਣਪ ਪਰ ਜਦ ਮੈਂ ਤੈਨੂੰ ਪਾ ਲਿਆ ਤੇ ਤੇਰੇ ਲਈ ਪਿਆਰ ਦੇ ਤਾਂਗ ਦੇ ਨਗਮੇ ਗਾਏ ਜੋ ਭਾਵੇਂ ਲੋਕਾਂ ਤੱਕ ਨਾ ਪੁੱਜੇ ਪਰ ਦੇਵਤਿਆਂ ਨੇ ਖੁਸ਼ੀ ਮਨਾਈ ਰਾਜਕਾਲ ਦੇ ਮੇਰੇ ਉਹ ਦਿਨ ਜ਼ਿੰਦਗੀ ਦੀ ਖੂਬਸੂਰਤੀ ਤੇ ਪਿਆਰ ਨੂੰ ਸਮਝਣ ਦੇ ਰਾਹ 'ਚ ਰੁਕਾਵਟ ਸਨ ਪਰ ਤੈਨੂੰ ਵੇਖਦੇ ਹੀ ਪਿਆਰ ਜਾਗਿਆ ਤੇ ਉਹਨਾਂ ਸਭ ਬੰਧਨਾਂ ਨੂੰ ਤੋੜ ਗਿਆ ਮੈਨੂੰ ਉਸ ਜ਼ਿੰਦਗੀ ਤੇ ਪਛਤਾਵਾ ਹੋਇਆ ਜਦੋਂ ਮੈਂ ਸਭ ਕਾਸੇ ਨੂੰ ਬੇਮਾਇਨਾ ਸਮੇਂ ਦੱਸਾਂ ਤੇਰੇ ਪਿਆਰ ਤੋਂ ਮਿਲੀ ਖੁਸ਼ੀ ਨੇ ਮੇਰੇ 'ਚ ਤਬਦੀਲੀ ਲਿਆਉਂਦੀ ਉਹ ਲੋਕ ਮੇਰੀ ਫੌਜੀ ਤਾਕਤ ਤੋਂ ਭੈ ਖਾਂਦੇ ਸਨ ਮੇਰੇ ਉਹਨਾਂ ਲੋਕਾਂ ਪ੍ਰਤੀ ਮੇਰੇ ਅੰਦਰ ਹਮਦਰਦੀ ਦੀ ਭਾਵਨਾ ਪੈਦਾ ਹੋ ਗਈ ਪਰ ਮੌਤ ਨੇ ਮੇਰੇ ਹਥਿਆਰ ਧਰਤੀ 'ਚ ਦਫਨ ਕਰ ਦਿੱਤੇ ਤੇ ਮੇਰੇ ਪਿਆਰ ਨੂੰ ਪਰਮਾਤਮਾ ਦੇ ਹਵਾਲੇ ਕਰ ਦਿੱਤਾ ਤਦ ਦੂਸਰਾ ਪਰਛਾਵਾ ਬੋਲਿਆ ਜਿਵੇਂ ਫੁੱਲ ਧਰਤੀ ਤੋਂ ਜੀਵਨ ਤੇ ਮਹਿਕ ਲੈਂਦਾ ਹੈ ਉਸੇ ਤਰ੍ਹਾਂ ਆਤਮਾ ਬਿੱਤੇ ਦੀਆਂ ਗਲਤੀਆਂ ਤੇ ਕਮਜ਼ੋਰੀਆਂ ਤੋਂ ਸ਼ਕਤੀ ਤੇ ਸੂਝ ਪ੍ਰਾਪਤ ਕਰਦੀ ਹੈ ਇਹ ਕਹਿੰਦੀ ਹੋਈ ਦੋਵੇਂ ਇੱਕ ਦੂਜੇ ਚ ਭੇਦ ਹੋ ਗਏ। ਸਦੀਵਤਾ ਪਿਆਰ ਨੂੰ ਕਾਇਮ ਰੱਖਦੀ ਹੈ ਕਿਉਂਕਿ ਪਿਆਰ ਸਦੀਵਤਾ ਜਿਹਾ ਹੈ। ਅਗਲਾ ਅੰਗ ਹੈ ਮੰਦਰ ਦੇ ਦਰ ਤੇ। ਪਿਆਰ ਬਾਰੇ ਗੱਲ ਕਰਕੇ ਮੈਂ ਮੁਕੱਦਸ ਅਗਨ ਨਾਲ ਆਪਣੇ ਹੋਂਟ ਪਵਿੱਤਰ ਕੀਤੇ ਪਰ ਮੈਨੂੰ ਯੋਗ ਸ਼ਬਦ ਨਾ ਮਿਲੇ। ਜਦ ਮੈਨੂੰ ਪਿਆਰ ਦੇ ਅਰਥਾਂ ਦਾ ਪਤਾ ਲੱਗਾ ਤਾਂ ਸ਼ਬਦ ਹਲਕੇ ਹੋ ਕੇ ਮੁੱਕ ਗਏ ਤੇ ਮੇਰੇ ਅੰਦਰਲਾ ਗੀਤ ਡੂੰਘੀ ਚੁੱਪ ਵਿੱਚ ਵਟ ਗਿਆ। ਉਦੋਂ ਜਿਸ ਨੇ ਮੈਨੂੰ ਪਿਆਰ ਦੀ ਭਾਸ਼ਾ ਬਾਰੇ ਪੁੱਛਿਆ ਜਿਹਨੂੰ ਮੈਂ ਇਹਦੇ ਪੇਤਾਂ ਤੇ ਚਮਤਕਾਰਾਂ ਤੋਂ ਜਾਣੂ ਕਰਵਾਇਆ ਹੁਣ ਜਦ ਕੇ ਪਿਆਰ ਨੇ ਮੈਨੂੰ ਪੂਰੀ ਤਰੰਗ ਗ੍ਰਿਫਤ ਚ ਲੈ ਲਿਆ ਮੈਂ ਤੈਨੂੰ ਪੁੱਛਦਾ ਕਿ ਪਿਆਰ ਦਾ ਦਸਤੂਰ ਤੇ ਖੂਬੀ ਕੀ ਹੈ ਕੌਣ ਮੇਰੇ ਇਸ ਸਵਾਲ ਦਾ ਜਵਾਬ ਦੇ ਸਕਦਾ ਹੈ ਮੈਂ ਉਸ ਬਾਰੇ ਗੱਲ ਕਰਦਾ ਜੋ ਮੇਰੇ ਅੰਦਰ ਹੈ ਮੈਂ ਆਪਣੇ ਆਪ ਨੂੰ ਜਾਨਣਾ ਚਾਹੁੰਦਾ ਹਾਂ ਤੁਹਾਡੇ ਚੋਂ ਕੌਣ ਹੈ ਜੋ ਮੈਨੂੰ ਮੇਰੇ ਆਪੇ ਤੇ ਮੇਰੀ ਆਤਮਾ ਨੂੰ ਮੇਰੀ ਆਤਮਾ ਬਾਰੇ ਦੱਸ ਸਕੇ ਪਿਆਰ ਦਾ ਵਾਸਤਾ ਹੈ ਮੈਨੂੰ ਦੱਸੋ ਉਹ ਕਿਹੀ ਲਾਟ ਹੈ ਜੋ ਮੇਰੇ ਅੰਦਰ ਬਲ ਰਹੀ ਹੈ ਜੋ ਮੇਰੀ ਤਾਕਤ ਨੂੰ ਫਨਾ ਕਰਕੇ ਮੇਰੀਆਂ ਇੱਛਾਵਾਂ ਉੱਪਰ ਗਲਬਾ ਪਾ ਰਹੀ ਹੈ ਉਹ ਕਿਹੜੇ ਨਰਮ ਤੇ ਖੁਰਦਰੇ ਹੱਥ ਹਨ ਜੋ ਮੇਰੀ ਆਤਮਾ ਨੂੰ ਗ੍ਰਿਫਤ ਚ ਲੈ ਰਹੇ ਹਨ ਉਹ ਕਿਹੜੀ ਕੁੜਤਨ ਖੁਸ਼ੀ ਤੇ ਮਿੱਠਾ ਦਰਦ ਮਿਲੀ ਸ਼ਰਾਬ ਹੈ ਜੋ ਮੇਰੇ ਦਿਲ ਉੱਤੇ ਹਾਵੀ ਹੋ ਰਹੀ ਹੈ ਉਹ ਕਿਹੜੇ ਖੰਭ ਹਨ ਜੋ ਰਾਤ ਦੀ ਚੁੱਪ ਚ ਮੇਰੇ ਦਿਵਾਲੇ ਮੰਡਰਾਉਂਦੇ ਤੇ ਮੈਨੂੰ ਜਗਾਉਂਦੇ ਹਨ ਕੋਈ ਨਹੀਂ ਜਾਣਦਾ ਏ ਕੀ ਹੈ ਉਹ ਕਿਹੜੀ ਅਧਿਕ ਵਸਤੂ ਹੈ ਜੀਨੂੰ ਮੈਂ ਵੇਖਦਾ ਰਹਿਣਾ ਉਹ ਕਿਹੜੀ ਗੰਮੀ ਚੀਜ਼ ਹੈ ਜਿਸ ਬਾਰੇ ਵਿਚਾਰ ਕਰਦਾ ਰਹਿਣਾ ਪਰ ਇਹ ਉਹ ਭਾਵਨਾ ਜਿਹਦਾ बोਧ ਨਹੀਂ ਹੋ ਸਕਦਾ ਮੇਰੇ ਹੌਕੇਾਂ ਚ ਵੀ ਹਾਸੇ ਦੀ ਗੂੰਜ ਨਾਲੋਂ ਵਧੇਰੇ ਖੂਬਸੂਰਤ ਦੁੱਖ ਹੈ ਤੇ ਖੁਸ਼ੀ ਨਾਲੋਂ ਵੀ ਵਧੇਰੇ ਮਸਤੀ ਹੈ ਮੈਂ ਉਸ ਅਣਜਾਣੀ ਤਾਕਤ ਕੋਲ ਆਪਣਾ ਆਪਾ ਕਿਉਂ ਸਮਰਪਿਤ ਕਰ ਦਿੰਦਾ ਜੋ ਮੈਨੂੰ ਕੌਂਦੀ ਹੈ ਜੋ ਪ੍ਰਭਾਤ ਹੋਣ ਤੱਕ ਮੈਨੂੰ ਹੋਸ਼ਪੂਰਨ ਰੱਖਦੀ ਹੈ ਤੇ ਆਪਣੇ ਨੂਰ ਨਾਲ ਮੇਰੇ ਕਮਰੇ ਨੂੰ ਭਰ ਦਿੰਦੀ ਹੈ ਜਾਗਰਤੀ ਦੇ ਪਰਛਾਵੇਂ ਮੇਰੀਆਂ ਭਾਰੀ ਪਲਕਾਂ ਤੇ ਸੁਪਨਿਆਂ ਦੇ ਪਰਛਾਵੇਂਆਂ ਵਿੱਚ ਘਰ ਕੰਬਦੇ ਹੋਏ ਮੇਰੇ ਬਿਸਤਰ ਦਵਾਲੇ ਮੰਡਰਉਂਦੇ ਹਨ ਉਹ ਕੀ ਹੈ ਜਿਹਨੂੰ ਅਸੀਂ ਪਿਆਰ ਆਖਦੇ ਹਾਂ ਮੈਨੂੰ ਸਮਝਾਓ ਕਿ ਯੁੱਗਾਂ ਦੇ ਵਿੱਚਕਾਰ ਉਹ ਕਿਹੜਾ ਲੁਕਿਆ ਹੋਇਆ ਰਾਹਸ ਹੈ ਜੋ ਸੁਮੁੱੱਚੀ ਚੇਤਨਾ ਨੂੰ ਵੰਨ ਕੇ ਰੱਖ ਦਿੰਦਾ ਹੈ ਇਹ ਚੇਤਨਾ ਕੀ ਹੈ ਜੋ ਪੈਦਾ ਹੁੰਦੀ ਤੇ ਸਭ ਕਾਸੇ ਦਾ ਸਿੱਟਾ ਹੈ ਇਹ ਜਾਗਰੂਤ ਜਾਗਰੂਕਤਾ ਕੀ ਹੈ ਜੋ ਜ਼ਿੰਦਗੀ ਤੇ ਮੌਤ ਵਿੱਚੋਂ ਸੁਪਨੀ ਸਾਜਦੀ ਹੈ ਜ਼ਿੰਦਗੀ ਨਾਲੋਂ ਅਜਨਬੀ ਤੇ ਮੌਤ ਨਾਲੋਂ ਡੂੰਗੀ ਹੈ ਦੋਸਤੋ ਮੈਨੂੰ ਦੱਸੋ ਤੁਹਾਡੇ ਵਿੱਚੋਂ ਕੋਈ ਅਜਿਹਾ ਹੈ ਜਿਹਦੀ ਆਤਮਾ ਨੂੰ ਜ਼ਿੰਦਗੀ ਦੀ ਛੋਹ ਪ੍ਰਾਪਤ ਹੋਵੇ ਤੇ ਉਹ ਜ਼ਿੰਦਗੀ ਦੀ ਨੀਂਦ ਵਿੱਚੋਂ ਜਾਗ ਨਾ ਪਵੇ ਤੁਹਾਡੇ ਚੋ ਕਿਹੜਾ ਜੋ ਉਸ ਮੁਟਿਆਰ ਖਾਤਰ ਆਪਣੇ ਮਾਂ-ਬਾਪ ਨੂੰ ਛੱਡ ਨਾ ਦੇਵੇ ਜਿਸ ਲਈ ਉਹਦੇ ਦਿਲ 'ਚ ਪਿਆਰ ਹੈ ਤੁਹਾਡੇ ਵਿੱਚੋਂ ਕੌਣ ਹੈ ਜੋ ਆਪਣੀ ਪ੍ਰੇਮਿਕਾ ਖਾਤਰ ਸੱਤ ਸਮੁੰਦਰ ਤੇ ਰੇਗਿਸਤਾਨ ਪਾਰ ਨਾ ਕਰੇ ਤੇ ਉਹਨੂੰ ਮਿਲਣ ਖਾਤਰ ਪਹਾੜਾਂ ਦੇ 'ਚੋਟੀਆਂ ਸਰ ਨਾ ਕਰੇ ਕੀ ਕੋਈ ਨੌਜਵਾਨ ਦਿਲ ਦੁਨੀਆ ਤੇ ਦੂਸਰੇ ਸਿਰੇ ਤੱਕ ਪਹੁੰਚਣ ਦਾ ਜੀਰਾ ਨਹੀਂ ਕਰੇਗਾ ਉਸ ਮੁਟਿਆਰ ਖਾਤਰ ਜਿਹਦੇ ਸਾਹਾਂ ਦੀ ਖੁਸ਼ਬੂ ਮਧੁਰ ਆਵਾਜ਼ ਹੈ ਜਾਦੂਈ ਨਰਮ ਹੱਥਾਂ ਦੀ ਛੋਹ ਦੀ ਆਤਮਾ ਉੱਪਰ ਕਾਬਜ਼ ਹੋ ਗਈ ਹੋਵੇ ਕਿ ਉਹ ਇਨਸਾਨ ਪਰਮਾਤਮਾ ਦੇ ਦਰ ਤੇ ਆਪਣੇ ਦਿਲ ਦੀਆਂ ਸੁਗੰਧੀਆਂ ਨਹੀਂ ਬਕੇਰੇਗਾ ਜਿਸ ਅੱਗੇ ਅਰਜ਼ੋਈਆਂ ਤੇ ਜੋਦੜੀਆਂ ਕਰਦਾ ਹੈ ਕੱਲ ਮੈਂ ਮੰਦਰ ਦੇ ਦਰਵਾਜ਼ੇ ਤੇ ਖੜੇ ਲੰਘਦੇ ਜਾਂਦੇ ਰਾਈਆਂ ਕੋਲੋਂ ਪਿਆਰ ਦੇ ਰਸਤੇ ਖੂਬੀਆਂ ਬਾਰੇ ਪੁੱਛ ਪੜਤਾਲ ਕਰਨ ਲੱਗਾ ਤੇ ਮੇਰੇ ਕੋਲੋਂ ਲੰਘਦਾ ਹੋਇਆ ਇੱਕ ਕਮਜ਼ੋਰ ਤੇ ਗਮਗੀਨ ਚਿਹਰੇ ਵਾਲਾ ਬਜ਼ੁਰਗ ਡੂੰਗਾ ਸਾਹ ਪਰਦੇਂ ਕਹਿਣ ਲੱਗਾ ਪਿਆਰ ਸਾਨੂੰ ਆਦਮ ਦੀ ਬਖਸ਼ੀ ਹੋਈ ਕੁਦਰਤੀ ਕਮਜ਼ੋਰੀ ਹੈ। ਇੱਕ ਜਸ਼ੀਲੇ ਨੌਜਵਾਨ ਨੇ ਤੁਰੰਤ ਉੱਤਰ ਦਿੱਤਾ। ਪਿਆਰ ਸਾਡੇ ਵਰਤਮਾਨ ਨੂੰ ਅਤੀਤ ਤੇ ਭਵਿੱਖ ਨਾਲ ਜੋੜਦਾ ਹੈ। ਦੁੱਖਾਂਮਰੀ ਇੱਕ ਔਰਤ ਨੇ ਹੌਕਾ ਪਰ ਕੀ ਆਖਿਆ। ਪਿਆਰ ਜ਼ਹਿਰੀ ਨਾਗਾਂ ਰਹੀ ਹੌਲੀ-ਹੌਲੀ ਦਿੱਤਾ ਹੋਇਆ ਜ਼ਹਿਰ ਹੈ। नाग ਜੋ ਨਰਕ ਦੀਆਂ ਗੁਫਾਵਾਂ ਵਿੱਚ ਰਿੰਗਦੇ ਹਨ। ਜੋ ਸ਼ਬਦਮ ਵਾਂਗ ਤਾਜ਼ਾ ਹੁੰਦਾ ਹੈ। ਤੇ ਪਿਆਸੀ ਆਤਮਾ ਜਿਹਨੂੰ ਤੀਬਰਤਾ ਨਾਲ ਪੀ ਜਾਂਦੀ ਹੈ ਪਰ ਨਸ਼ਾ ਛੱਡਦੇ ਆ ਹੀ ਆਦਮੀ ਬਿਮਾਰ ਪੈ ਜਾਂਦਾ ਹੈ ਤੇ ਸੱਜੇ ਸੱਜੇ ਮਰਦਾ ਹੈ ਫਿਰ ਇੱਕ ਖੂਬਸੂਰਤ ਬੁਲਾਬੀ ਗੱਲਾਂ ਵਾਲੀ ਮੁਟਿਆਰ ਹੱਸਦੀ ਹੋਈ ਕਹਿਣ ਲੱਗੀ ਪਿਆਰ ਪਰਬਾਤ ਦੀ ਦੁਲਹਨ ਰਾਹੀ ਪਰੋਸੀ ਗਈ ਉਹ ਸ਼ਰਾਬ ਹੈ ਜੋ ਮਜ਼ਬੂਤ ਆਤਮਾਵਾਂ ਨੂੰ ਹੋਰ ਬਲ ਬਖਸ਼ਦੀ ਹੈ ਤੇ ਉਹਨਾਂ ਨੂੰ ਸਿਤਾਰਿਆਂ ਦੀ ਦੁਨੀਆ ਵੱਲ ਜਾਣ ਲਈ ਹੌਸਲਾ ਦਿੰਦੀ ਹੈ ਉਸ ਪਿੱਛੋਂ ਇੱਕ ਕਾਲਾ ਚੋਲਾ ਪਾਈ ਮੱਥੇ ਤੇ ਤਿਉੜੀਆਂ ਤੇ ਵਧੀ ਹੋਈ ਦਾੜੀ ਵਾਲਾ ਆਦਮੀ ਕਹਿਣ ਲੱਗਾ ਪਿਆਰ ਨਾ ਹੁੰਦਾ ਜਿਸ ਨਾਲ ਜਵਾਨੀ ਸ਼ੁਰੂ ਤੋਂ ਹੀ ਖਤਮ ਹੋ ਜਾਂਦੀ ਹੈ ਕਿਸੇ ਹੋਰ ਨੇ ਹੱਸਦੇ ਹੋਏ ਕਿਹਾ ਪਿਆਰ ਦੇਵੀ ਗਿਆਨ ਹੈ ਜੋ ਮਨੁੱਖ ਨੂੰ ਦੇਵਤਿਆਂ ਜਈ ਦਿਬ ਦ੍ਰਿਸ਼ਟੀ ਬਖਸ਼ਦਾ ਹੈ ਇੱਕੰਨਾ ਵਿਅਕਤੀ ਡੰਗੋਰੀ ਨਾਲ ਰਾਹ ਟਟੋਲਦਾ ਹੋਇਆ ਬੋਲਿਆ ਪਿਆਰ ਅੱਖਾਂ ਤੇ ਪਰਦਾ ਪਾਉਣ ਵਾਲੀ ਉਹ ਧੁੰਦ ਹੈ ਜੋ ਆਤਮਾ ਨੂੰ ਹੋਂਦ ਦੇ ਪੇਤਾ ਨੂੰ ਜਾਣਨ ਤੋਂ ਦੂਰ ਰੱਖਦੀ ਹੈ ਤਾਂ ਕਿ ਦਿਲ ਸਿਰਫ ਪਹਾੜੀਆਂ ਚ ਇੱਛਾ ਦੇ ਕੰਬ ਦੇ ਪਰਛਾਵਿਆਂ ਨੂੰ ਹੀ ਵੇਖੇ ਤੇ ਬੇਆਵਾਜ਼ ਘਾਟੀਆਂ ਵਿੱਚੋਂ ਚੀਕਾਂ ਦੀ ਗੂੰਜ ਹੀ ਸੁਣੇ ਸਾਰੰਗੀ ਨਾਲ ਗਾਉਂਦਾ ਇੱਕ ਨੌਜਵਾਨ ਬੋਲਿਆ ਪਿਆਰ ਆਤਮਾ ਦੀ ਤਹਿ ਵਿੱਚੋਂ ਨਿਕਲੀਆਂ ਜਾਦੂਈ ਰਸ਼ਮਾਂ ਹਨ ਜੋ ਧਰਤੀ ਤੇ ਆਲੇ ਦੁਆਲੇ ਨੂੰ ਰੁਸ਼ਨਾਉਂਦੀਆਂ ਹਨ ਪਿਆਰ ਸਾਨੂੰ ਇਸ ਯੋਗ ਬਣਾਉਂਦਾ ਹੈ ਕਿ ਅਸੀਂ ਜੀਵਨ ਨੂੰ ਇੱਕ ਜਨਮ ਤੋਂ ਦੂਜੇ ਜਨਮ ਵਿੱਚਕਾਰ ਇਕ ਖੂਬਸੂਰਤ ਸੁਪਨਾ ਹੀ ਸਮਝੀਏ ਪੁਰਾਣੇ ਵਿਚਾਰਾਂ ਵਾਲਾ ਇੱਕ ਕਮਜ਼ੋਰ ਜਾਂ ਮਨੁੱਖ ਪੈਰਾਂ ਨੂੰ ਕਢੀਸਤਾ ਹੋਇਆ ਥੜਕਦੀ ਹੋਈ ਆਵਾਜ਼ ਚ ਕਹਿਣ ਲੱਗਾ ਪਿਆਰ ਸਰੀਰ ਨੂੰ ਕਬਰ ਚ ਸ਼ਾਂਤੀ ਦਿੰਦਾ ਹੈ ਤੇ ਸਦੀਵਤਾ ਦੀ ਡੁੰਗਾਈ ਵਿੱਚ ਆਤਮਾ ਨੂੰ ਟਿਕਾਅ ਬਖਸ਼ਦਾ ਹੈ ਤੇ ਇੱਕ 5 ਸਾਲਾ ਬੱਚਾ ਉਹਦੇ ਪਿੱਛੇ ਹੱਸਦਾ ਹੋਇਆ ਕਹਿਣ ਲੱਗਾ ਪਿਆਰ ਮੇਰੇ ਮਾਂ-ਬਾਪ ਹਨ ਤੇ ਕਿਸੇ ਨੂੰ ਨਹੀਂ ਪਤਾ ਪਿਆਰ ਉਹਨਾਂ ਤੋਂ ਇਲਾਵਾ ਹੋਰ ਕੁਝ ਨਹੀਂ ਤੇ ਇਸ ਤਰ੍ਹਾਂ ਜਿੰਨੇ ਵੀ ਲੋਕ ਲੰਗੇ ਪਿਆਰ ਨੂੰ ਆਪਣੀਆਂ ਆਸ਼ਾਵਾਂ ਤੇ ਨਿਰਾਸ਼ਾਵਾਂ ਨਾਲ ਤੋਲਦੇ ਗਏ ਤੇ ਰਹੱਸ ਪਹਿਲਾਂ ਵਾਂਗ ਹੀ ਬਣਿਆ ਰਿਹਾ ਉਸ ਵੇਲੇ ਮੰਦਰ ਦੇ ਅੰਦਰੋਂ ਆਵਾਜ਼ ਸੁਣਾਈ ਦਿੱਤੀ ਜੀਵਨ ਦੋ ਹਿੱਸਿਆਂ 'ਚ ਵੰਡਿਆ ਹੋਇਆ ਇੱਕ ਥਿਰ ਤੇ ਦੂਜਾ ਚੰਚਲ ਚੰਚਲ ਹਿੱਸਾ ਪਿਆਰ ਹੈ ਮੈਂ ਮੰਦਰ ਅੰਦਰ ਦਾਖਲ ਹੋਇਆ ਮੱਥਾ ਟੇਕਿਆ ਪ੍ਰਸੰਨ ਚਿੱਤ ਪ੍ਰਾਰਥਨਾ ਕੀਤੀ ਉਹ ਪਰਮਾਤਮਾ ਮੈਨੂੰ ਖੁਰਾਕ ਬਣਾ ਦੇ ਭਾਂਬੜ ਜੀ ਪ੍ਰਚੰਡ ਲਾਟ ਲਈ ਓ ਪਰਮਾਤਮਾ ਮੈਨੂੰ ਖੁਰਾਕ ਬਣਾ ਦੇ ਪਵਿੱਤਰ ਅਗਨੀ ਲਈ ਆਮੀਨ ਧੰਨਵਾਦ